ਮੰਡੀ ਗੋਬਿੰਦਗੜ੍ਹ ਪੁਲਿਸ ਥਾਣੇਦਾਰ ਦੇ ਵਿਚ ਬਤੌਰ ਐਸ ਐਚ ਓ ਤਾਇਨਾਤ ਤਲਵਿੰਦਰ ਸਿੰਘ ਗਿੱਲ ਡੀ ਐਸ ਪੀ ਨੇ ਦਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੰਡੀ ਗੋਬਿੰਦਗੜ੍ਹ ਦੀ ਤਹਿਸੀਲ ਕੰਪਲੈਕਸ ਦੇ ਨੇੜੇ ਭੈੜੇ ਅੰਸਰਾਂ ਦੇ ਖਿਲਾਫ਼ ਆਰੰਭੀ ਮੁਹਿੰਮ ਦੇ ਤਹਿਤ ਨਾਕਾਬੰਦੀ ਲਗਾ ਕੇ ਚੈਕਿੰਗ ਕਰ ਰਹੇ ਸਨ, ਜਿਸ ਦੌਰਾਨ ਇਕ ਵਿਅਕਤੀ ਮਹਾਰਾਜਾ ਅਗਰ ਸੇਨ ਪਾਰਕ ਵਾਲੇ ਪਾਸਿਓ ਤੋਂ ਆਪਣੀ ਸਕੂਟਰੀ ਲੈ ਕੇ ਆ ਰਿਹਾ ਸੀ ਅਤੇ ਉਹ ਅੱਗੇ ਖੜੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜ ਲੱਗਿਆ, ਜਿਸ ਤੇ ਪੁਲਿਸ ਪਾਰਟੀ ਨੂੰ ਸ਼ੱਕ ਹੋਇਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪੈਂਟ ਦੀ ਜੇਬ ਦੇ ਵਿਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਤੇ ਪੁਲਿਸ ਪਾਰਟੀ ਨੇ ਉਸ ਨੂੰ ਹਿਰਾਸਤ ਦੇ ਵਿਚ ਲੈ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਰਮਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭਾਦਲਾ ਨੀਚਾ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਜੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈਰੋਇਨ ਦੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਰਮਨਦੀਪ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਸਰ, ਥਾਣਾ ਗੋਬਿੰਦਗੜ੍ਹ ਦੀ ਪੁਲਿਸ ਨੇ ਕੱਲ੍ਹ ਗੋਬਿੰਦਗੜ੍ਹ ਤਹਿਸੀਲ ਕੰਪਲੈਕਸ ਕੋਲ ਏ ਐਸ ਆਈ ਗੁਰਮੀਤ ਸਿੰਘ ਅਤੇ ਪਾਰਟੀ ਨੇ ਨਾਕਾ ਲਾਇਆ ਸੀ, ਜਿੱਥੇ ਇੱਕ ਰਮਨਦੀਪ ਸਿੰਘ ਜਿਹੜਾ ਭਾਦਲਾ ਨੀਚਾ ਪਿੰਡ ਦਾ ਵਾਸੀ ਹੈ ਉਹਨੂੰ 7 ਗ੍ਰਾਮ ਹੀਰੋਇਨ ਨਾਲ ਫੜਿਆ ਗਿਆ ਅਤੇ ਜਿਹਦੇ ਖਿਲਾਫ਼ ਐੱਫ ਆਈ ਆਰ ਨੰਬਰ 237 ਰਜਿਸਟਰ ਹੋਈ ਹੈ। ਹੁਣ ਕੀ ਕਾਰਵਾਈ ਕਰ ਰਹੇ, ਉਸ ਤੋਂ ਬਾਅਦ ਉਹਨੂੰ ਅੱਜ ਲੈ ਕੇ ਕੋਰਟ ਪੇਸ਼ ਕੀਤਾ ਗਿਆ। ਲੁਧਿਆਣਾ ਤੋਂ ਸੰਜੂ ਸੈਣੀ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।